Assalamualaikum ਵੀਰ ਜੀ, ਕੀ ਹਾਲ ਹੈ? ਇਹ ਸਾਡੀ ਗਰੀਬ ਦੀ ਟਰਾਲੀ ਹੈ, ਚੈੱਕ ਕਰੋ। ਇਹਦੇ ਵੀਲਾਂ 'ਤੇ ਅਸੀਂ ਅਲਾਰਮ ਲਗਾਏ ਹੋਏ ਆ, ਟਰਾਲੀ ਦੇ ਵੀਲਾਂ ਉੱਤੇ। ਠੀਕ ਹੈ ਜੀ, 22 ਫੁੱਟ ਟਰਾਲੀ ਹੈ, 22 ਫੁੱਟ ਦੀ ਟਰਾਲੀ ਸਾਡੀ। ਇਹ ਸਾਡਾ ਜੀ ਟਰੈਕਟਰ ਹੈ, ਮੈਸੀ 165, ਇਹ ਹੈ ਜੀ 83 ਮਾਡਲ। ਕੋਈ ਜ਼ਿਆਦਾ ਹਾਲੇ ਸੀ ਇਹਦੇ ਉੱਤੇ, ਇਹ ਹੁਣ ਹੀ ਲਿਆ ਹੈ, ਅਤੇ ਹਾਲੇ ਮੈਂ ਇਹਦੇ 'ਤੇ ਕੋਈ ਡੈਕੋਰੇਸ਼ਨ ਨਹੀਂ ਕੀਤੀ ਨਾ ਜ਼ਿਆਦਾ। ਬਾਈ ਇਹਦੀਆਂ ਲਾਈਟਾਂ ਮੈਂ ਡਬਲ ਕਰਕੇ ਲਾਈਆਂ ਨੇ, ਤਾਂ ਕਿ ਅਸੀਂ ਸਾਈਡ ਤੋਂ ਲਾਉਣ ਦੀ ਜ਼ਰੂਰਤ ਨਾ ਰਹੇ। ਇਹ ਅਲੱਗ ਤੋਂ ਇੱਕ ਪਲੇਟ ਬਣਵਾ ਕੇ ਉਹਨੂੰ ਕਟਵਾ ਕੇ ਬਿਲਕੁਲ ਨਾਪ ਦੀ, ਇਹ ਤੁਸੀਂ ਦੇਖ ਰਹੇ ਹੋ, ਬਰਾਬਰ ਦੇ ਨਾਲ ਲਾ ਕੇ ਉਹ ਥੱਲੇ ਲਾਈਟਾਂ, ਤਾਂ ਕਿ ਮਹਿਸੂਸ ਨਾ ਕਿ ਜੈਨੂਇਨ ਕਿਸਮ ਦਾ, ਸਮਝ ਲਓ ਕਿ ਅਸੀਂ ਬਣਾਇਆ ਸਿਸਟਮ। ਐਕਸਟਰਾ ਲਾਈਟਾਂ ਲਾਤੀਆਂ ਨੇ, ਅਤੇ LED ਲਾਈਟਾਂ ਨੇ, ਵਾਈਟ ਕਲਰ ਦੀਆਂ, ਬਹੁਤ ਦੂਰ ਤੱਕ ਇਹਨਾਂ ਦੀ ਲਾਈਟ ਹੈ। ਇਹ ਬੰਪਰ ਦੇਖੋ ਜੀ, ਮੈਂ ਬਿਲਕੁਲ ਹਾਲੇ ਇਹਦੇ ਨਾਲ ਨਾ ਸਿੰਪਲ ਜਿਹਾ ਹੀ ਲੱਗਿਆ ਹੋਇਆ ਸੀ, ਮੈਂ ਉਹਨੂੰ ਕਲਰ ਕੀਤਾ ਹੋਇਆ, ਹਾਲੇ ਮਜ਼ੀਦ ਇਹਦੇ 'ਤੇ ਅਸੀਂ ਡੈਕੋਰੇਸ਼ਨ ਕਰਨੀ ਹੈ। ਬਿਲਕੁਲ ਜੀ, ਸਲਫ ਸਟਾਰਟ ਹੈ। ਠੀਕ ਹੈ ਜੀ, ਇਹ ਮੇਰੀ 22 ਫੁੱਟ ਟਰਾਲੀ ਹੈ, ਅਤੇ ਮੈਂ 700 ਮਣ, 750 ਮਣ ਤੱਕ ਜਿਹੜਾ ਨਾ ਗੰਨਾ ਵੜ ਦੇ ਵਿੱਚੋਂ ਕੱਢ ਕੇ ਜਾਂਦਾ ਇਕੱਲਾ। ਠੀਕ ਹੈ ਜੀ, ਮਾਸ਼ਾਅੱਲਾ ਜੀ, ਇਹਦੇ ਇੰਜਣ ਨਵਾਂ ਹੈ, 0, ਕਲੱਚ ਪਲੇਟਾਂ ਨਵੀਆਂ ਨੇ, ਚੌਕੜਾ ਟਾਇਰਾਂ ਦਾ ਨਵਾਂ, ਰੈਡੀਏਟਰ ਨਵਾਂ, ਹਰ ਇੱਕ ਕੰਮ ਹੋਇਆ ਹੋਇਆ। ਬਾਕੀ ਲੇਬਰ ਮੇਰੇ ਉੱਤੇ ਗੰਨਾ ਲੋਡ ਕਰ ਰਹੀ ਹੈ, ਹਾਲੇ ਹੁਣੇ ਸ਼ੁਰੂ ਕੀਤਾ ਹੈ। ਇਹ ਦੇਖੋ ਜੀ, 1 ਏਕੜ ਪੂਰਾ ਅਸੀਂ ਲੋਡ ਕਰਨਾ ਇਹਦੇ ਉੱਤੇ ਗੰਨਾ, ਉਸ ਕਮਾ ਤੋਰੇ ਹੋ ਗਏ।